ਕਾਰੀ ਸਾਹਿਬ ਨੂੰ ਜਿਹੜਾ ਅੱਲਾ ਨੇ ਮਲਕਾ ਤਾ ਕੀਤਾ ਸੀ ਨਾ ਜਿਹੜਾ ਮਲਕਾ ਅੱਲਾ ਨੇ ਕਾਰੀ ਸਾਹਿਬ ਨੂੰ ਤਾ ਉਹਨਾਂ ਗੁੱਟ ਕੇ ਅੰਦਰ ਹੀ ਨਹੀਂ ਰੱਖਿਆ ਤੁਸੀਂ ਨਹੀਂ ਸਮਝੇ ਤੁਸੀਂ ਸਾਰੇ ਨਹੀਂ ਸਮਝੇ ਕਾਰੀ ਸਾਹਿਬ ਨੂੰ ਜਿਹੜਾ ਅੱਲਾ ਨੇ ਮਲਕਾ ਤਾ ਕੀਤਾ ਸੀ ਉਹਨਾਂ ਨੇ ਗੁੱਟ ਕੇ ਅੰਦਰ ਨਹੀਂ ਰੱਖਿਆ ਔਰ ਨੂਰ ਜਹਾਂ ਕੀ ਬੇਟੀ ਕਹਿਤੀ ਰਹੀ ਮੈਂ ਮੁਝੇ ਬਤਾ ਤੇਰੇ ਪਾਸ ਕਿਆ ਕਿਆ ਹੈ ਅਗਰ ਉਸਨੇ ਥੋੜਾ ਸਾ ਬਤਾਇਆ ਉਸਕਾ ਆਵਾਜ਼ ਉੱਚਾ ਹੋਣੇ ਲਗਾ ਉਸਨੇ ਆਪਣੀ ਬੇਟੀ ਕੋ ਖਤਮ ਕਰਵਾ ਦਿਆ ਕਾਰੀ ਕਰਾਮਤ ਅਲੀ ਨੇ ਕਹਾ ਮੈਂ ਦੁਨੀਆ ਸੇ ਚਲਾ ਜਾਊਂਗਾ ਇਤਨੀ ਕਰਾਮਤੇ ਛੋੜ ਜਾਊਂਗਾ ਕੋਈ ਕਰਾਮਤ ਫੈਸਲਾਬਾਦ ਮੇ ਹੈਗੀ ਕੋਈ ਕਰਾਮਤ ਸਿਆਲਕੋਟ ਮੇ ਹੈਗੀ ਕੋਈ ਕਰਾਮਤ ਸ਼ੇਖੂਪੁਰਾ ਮੇ ਹੈਗੀ ਕੋਈ ਕਰਾਮਤ ਉਕਾਰੇ ਮੇ ਹੋਗੀ ਇੱਕ ਕਰਾਮਤ ਕਬਰ ਮੇ ਹੋਗੀ ਹਜ਼ਾਰੋਂ ਕਰਾਮਤੇ ਜ਼ਮੀਨ ਮੇ माशाल्लाह माशाल्लाह जिस साहब माशाल्लाह।